ਵਕੀਲ ਹਾਂ ਜਮੀਲ ਪਿਓ ਦਾ ਵੀ ਬੰਦੋਬਸਤ ਹੋ ਗਿਆ ਹੁਣ ਮਾਂ ਦਾ ਕਿੱਥੋਂ ਕਰਨਾ ਹੀ ਮਾਂ ਆ ਜੀ ਸਰ ਆਇਆ ਹੈ ਯੈਸ ਇਹ ਕੌਣ ਬੇੜਾ ਚੜੇ ਸਲਾਮ ਅਲੈਕਮ ਵਾਲੇਕਮ ਸਲਾਮ ਉਹ ਮੈਨੂੰ ਨਹੀਂ ਪਛਾਣਿਆ ਤੂੰ ਲਾਸ਼ੇ ਉਹ ਮੈਨੂੰ ਪਛਾਣੋ ਤੇ ਸਹੀ ਓਏ ਓਏ ਸੰਡੇ ਦੇ ਮੂੰਹ ਚੋਂ ਝੱਗ ਕੱਢ ਕੇ ਬੁਰਸ਼ ਕਰਨ ਵਾਲਿਓ ਮੈਨੂੰ ਪਛਾਣੋ ਸਹੀ ਮੈਂ ਕੌਣ ਆ ਹੈ ਕੌਣ ਹੈ ਤੂੰ ਓਏ ਸਟੱਪਣੀ ਹੈ ਜੀ ਇਹ ਕੌਣ ਹੈ ਤੂੰ ਓਏ ਕੁੱਤੇ ਦੇ ਗੋਸ਼ਤ ਦਾ ਦਾਬੂ ਬਣਾਉਣ ਵਾਲਿਓ ਮੈਨੂੰ ਪਛਾਣੋ ਮੈਂ ਕੌਣ ਆ ਓਏ ਕੌਣ ਹੈ ਜਿਵੇਂ ਦਾ ਮੂੰਹ ਵੇਖ ਜਿਵੇਂ ਕਾਟਾ ਵੱਜਿਆ ਹੁੰਦਾ ਓਏ ਮੈਨੂੰ ਪਛਾਣੋ ਸਹੀ ਕੌਣ ਆ ਮਲੋਕਾਂ ਨੂੰ ਓਏ ਫਾਲਸਾ ਸਮਝ ਕੇ ਖਾਣ ਵਾਲਿਓ ਮੈਨੂੰ ਪਛਾਣੋ ਮੈਂ ਕੌਣ ਆ ਪਰ ਤੂੰ ਹੈ ਕੌਣ ਹੈ ਗੋਦਾਮ ਦੇ ਆਦਮੀ ਤੂੰ ਕੌਣ ਹੈ ਤੂੰ ਓਏ ਕੁੱਤਿਆਂ ਨਾਲ ਫੁੱਟਬਾਲ ਖੇਡਣ ਵਾਲਿਓ ਮੈਨੂੰ ਪਛਾਣੋ ਸਹੀ ਕੌਣ ਆ ਮੈਂ पठान ते तुहानू पता ही लकड़ा पाड़ देने देख तेरी मेहरबानी बन जाते की हो गया मां बन गया ही ते बनने बाद च पता लगे मां बन के मेरा पहली रात ही जनाजा जान दे प्यो ते कोई चज दा बनाओ ओए पागला ओ हो जा नहीं खा ਸੈਂਸੀਬਲ ਪਠਾਨ ਏ ਉਹ ਜਿੰਨਾ ਮਰਜ਼ੀ ਸੈਂਸੀਬਲ ਪਠਾਨ ਹੋਵੇ ਬੇਵਕੂਫ ਦੀ ਹਰਕਤ ਕਰ ਹੀ ਜਾਂਦਾ ਉਹ ਨਹੀਂ ਕਿੱਦਾਂ ਉਹ ਹੋਰ ਹੈਗਾ ਉਹ ਨਹੀਂ ਕਿਸਤਾਂ ਦਾ ਪਠਾਨ ਹੀ ਕਿਸਤਾਂ ਦਾ ਓਏ ਅੱਜ ਕੱਲ ਤੇ ਪਠਾਨ ਤੈਨੂੰ ਪਤਾ ਕਬਰਾਂ ਦੇ ਵਿੱਚ ਬਹਿ ਕੇ ਜਾ ਕਹਿੰਦੇ ਨੇ ਘਬਰਾਣਾ ਨਹੀਂ ਅਗਲਾ ਮਰਿਆ ਪਿਆ ਵੇ ਮੇਰੀ ਗੱਲ ਸੁਣ ਹਾਂ ਦੇਖ ਤੇਰੀ ਮਿਹਰਬਾਨੀ ਤੂੰ ਸਾਡੀ ਮਾਂ ਬਣ ਜਾ ਅੱਛਾ ਦਰਸਾ ਗੱਲ ਪਤਾ ਕੀ ਹੈ ਜੀ ਅਸੀਂ ਮਰੀ ਦੋ ਕੁੜੀਆਂ ਫਸਾਈਆਂ ਸੀ ਆਹੋ ਟੀਨਾ ਤੇ ਮੀਨਾ ਆਹੋ ਅਸੀਂ ਉਹ ਇਹਨੇ ਚਵਲ ਨੇ ਝੂਠ ਬੋਲਿਆ ਕਿ ਅਸੀਂ ਕਰੋੜਪਤੀ ਆ ਹਾਂ ਸਾਡੀ ਮਾਂ ਵੀ ਕਿ ਸਾਡਾ ਪਿਓ ਵੀ ਕਿ ਸਾਡਾ ਨੌਕਰ ਵੀ ਕਿ ਨੇ ਮਾਂ ਤੇ ਮੈਂ ਤੁਹਾਡੀ ਬਣ ਜਾਾਂਗੀ ਹੈ ਤੁਹਾਨੂੰ ਪਤਾ ਨਾ ਮੈਂ ਆਪਣੇ ਭਰਾਵਾਂ ਲਈ ਕੰਮ ਕਰਦਾ ਹਾਂ ਬਿਲਕੁਲ ਹੈ ਛੋਟੇ ਛੋਟੇ ਮੇਰੇ ਭਰਾ ਨੇ ਉਹਨਾਂ ਨੂੰ ਪੜਾਉਣ ਵਾਸਤੇ ਉਹਨਾਂ ਦੀ ਤਰੱਕੀ ਵਾਸਤੇ ਮੈਂ ਕੰਮ ਕਰਦਾ ਹਾਂ ਬੜਾ ਨੇਕੀ ਦਾ ਕੰਮ ਕਰਦਾ ਮੈਨੂੰ ਤੁਸੀਂ ਪੈਸੇ ਦਿਓ ਮੈਂ ਮਾਂ ਬਣ ਜਾਣਾ ਪੈਸੇ ਸੀ ਦੇਾਂਗੇ 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 ਪੈਸੇ ਪਰ ਸ਼ਰਤ ਹੈ ਕੀ ਹੈ ਕਿਹੜੀ ਜਿੱਦੋਂ ਸਾਡਾ ਉਹਨਾਂ ਕੁੜੀਆਂ ਨਾਲ ਵਿਆਹ ਹੋ ਜਾਏਗਾ ਹਾਂ ਉਹਦੇ ਲਈ ਜਾਇਦਾਦ ਸਾਨੂੰ ਮਿਲੇਗੀ ਹਾਂ ਉਹ ਜਿੱਤੇ ਤੁਸੀਂ 10000 ਰੁਪਏ ਦੇ ਵਾਹ ਤੁਹਾਡੇ ਸਦਕੇ ਜਾਵਾਂ ਜਾਇਦਾਦ ਮਿਲੇਗੀ ਤੇ 10000 ਉਹ ਚਵਲੋ ਤੁਹਾਨੂੰ ਜਾਇਦਾਦ ਮਿਲੀ ਤੇ ਮੈਨੂੰ ਬੂਹਾ ਨਹੀਂ ਲੰਘਣ ਦੇਣਾ ਤੁਸੀਂ ਜਿਹੋ ਜਿਹੇ ਲਾਲਚੀ ਲੋਕ ਹੋ ਨਹੀਂ 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 ਤੂੰ ਜਾਇਦਾਦ ਤੱਕ ਨਾ ਜਾ ਚੱਲ ਜਦੋਂ ਸਾਡਾ ਨਿਕਾਹ ਹੋਏਗਾ ਨਾ ਸਾਨੂੰ ਪੈਣਗੀਆਂ ਸਲਾਮੀਆਂ ਹਾਂ ਸਲਾਮੀਆਂ ਵਿੱਚੋਂ ਤਿੰਨ ਵੀ ਅਸੀਂ ਸਲਾਮੀ ਵਾਹ ਸਲਾਮੀਆਂ ਦੀ ਜਗ੍ਹਾ ਅਗਲੇ ਨੂੰ ਪਤਾ ਲੱਗ ਗਿਆ ਤੁਹਾਨੂੰ ਜੁੱਤੀਆਂ ਪੈਣ ਫਿਰ ਮੈਨੂੰ ਬਾਅਦ ਚ ਪਤਾ ਲੱਗੇ ਮੈਨੂੰ ਵੀ ਵਿੱਚ ਜੁੱਤੀਆਂ ਹੀ ਪੈ ਰਹੀਆਂ ਉਹ ਹਿੱਸਾ ਤੇ ਤੇਰਾ ਹਰ ਇੱਕ ਚੀਜ਼ ਚੋਂ ਹੈ ਹਾਂ ਉਹ ਟੈਨਸ਼ਨ ਨਾ ਲੈ ਹੁਣ ਜਾ ਕੇ ਫਟਾਫਟ ਤਿਆਰੀ ਫੜ ਉਹ ਮਹਿਮਾਨ ਕਿਸੇ ਟਾਈਮ ਵੀ ਆ ਸਕਦਾ ਚੱਲ ਮੇਰੀ ਜਾਨ ਦੇ ਪਠਾਨ ਨੂੰ ਮੇਰੇ ਕਮਰੇ 'ਚ ਨਾ ਭੇਜਣਾ ਉਹ ਟੈਨਸ਼ਨ ਨਾ ਲੈ ਓਏ ਮਾਂ ਦੁਪੱਟਾ ਵੀ ਲੈ ਯਾ ਲਓ ਜੀ ਅੱਬਾ ਜੀ ਵੀ ਹੋ ਗਏ ਨੌਕਰ ਵੀ ਹੋ ਗਿਆ ਸ਼ਕੀਲ ਹਾਂ ਜਮੀਲ ਵੇਖ ਮੈਂ ਕੈਸਾ ਲੱਗ ਰਿਹਾ ਤੂੰ ਲਾਲ ਕੋਟ ਪਾਇਆ ਹੁੰਦਾ ਨਾ ਰੇਲਵੇ ਦਾ ਟੀਟੀ ਲੱਗਣਾ ਸੀ ਓਏ ਮੈਂ ਕੈਸਾ ਲੱਗ ਰਿਹਾ ਦੱਸ ਬਿਜ਼ਨਸਮੈਨ ਲੱਗ ਰਿਹਾ ਮੈਨੂੰ ਜ਼ਹਿਰ ਲੱਗ ਰਿਹਾ ਤੂੰ ਔਰ ਜੰਮੂ ਦਾ ਸੂਟ ਸਵਾ ਲਿਆ ਹੀ ਇਹ ਵੇਖ ਇਹ ਪਰਸਨੈਲਿਟੀ ਓਏ ਕਿਹੜੀ ਪਰਸਨੈਲਿਟੀ ਹੈ ਤੇਰੇ ਵਰਗੇ ਨਾ ਵੱਡੀਆਂ ਸ਼ਾਦੀਆਂ ਤੇ ਜਾ ਕੇ ਨਾ ਮਹਿੰਗੀਆਂ ਮਹਿੰਗੇ ਹੋਟਲਾਂ ਦੇ ਬਾਹਰ ਲੱਗੇ ਹੁੰਦੇ ਨੇ ਐਕਸਕਿਊਜ਼ ਮੀ ਸਰ ਮੈਂ ਕੋ ਮੰਗਨੇ ਵਾਲਾ ਨਹੀਂ ਹਾਂ ਬਹਿਨੇ ਜਵਾਨ ਹੈ 10 10 20 20 ਰੁਪਏ ਦੇਣਗੇ ਤਾਂ ਮੈਂ ਉਹਨੂੰ ਫਿਲਮ ਦਿਖਾ ਸਕੂੰਗਾ ਤੇ ਮੇਰੇ ਵਰਗੇ ਹੈ ਤੇਰੇ ਵਰਗਾ ਮੁੰਡਾ ਨਾ ਰੋਡ ਤੇ ਖੜਾ ਹੋ ਨਾ ਕੋਈ ਅਚਾਨਕ ਗੱਡੀ ਰੋਕੇ ਨਾ ਤੇ ਸ਼ੀਸ਼ਾ ਥੱਲੇ ਕਰੇ ਤੈਨੂੰ ਕਹਿੰਦਾ ਤੇਰਾ ਹੈ ਮੈਂ ਇਹੋ ਜਿਹਾ ਨਹੀਂ ਇਹ ਇਹੋ ਜਿਹਾ ਤਾਂ ਫਿਰ ਕਿਹੜੀ ਗੱਲ ਹੈ ਇਹ ਕੌਣ ਆ ਗਿਆ ਹੁਣ ਹੁਣ ਤੂੰ ਜਾ ਕੇ ਵੇਖ ਪਰ ਅਸੀਂ ਆਪ ਵੇਖ ਲੈਨੇ ਆ ਬਿਜ਼ਨਸਮੈਨ ਵੀ ਤੇ ਅਸੀਂ ਲੱਗ ਰਹੇ ਆ ਕੌਣ ਜਾ ਕੇ ਦੇਖ ਹਰ ਵਾਰੀ ਮੈਂ ਹੀ ਗਿਆ ਹਾਂ ਲਾਲ ਬਾਲ ਬਿਊਟੀਫੁਲ वेरी नाइस ऑसम शानदार
कौन है तुरमण साई? ਤੁਸੀਂ ਮੈਨੂੰ ਜਾਣਦੇ ਨਹੀਂ? ਓ ਭਾਈ ਕੌਣ ਹੈ ਬਗੈਰ ਡੂਡੀ ਤੋਂ ਲੋਟੇ? ਕੌਣ ਹੈ ਤੂੰ? ਤੁਸੀਂ ਮੈਨੂੰ ਜਾਣਦੇ ਨਹੀਂ? ਨਹੀਂ ਕੌਣ ਹੈ ਤੂੰ? ਸੇਠ ਮੋਤੀ ਵਾਲਾ, ਮੋਤੀ ਵਾਲਾ। ਹੈ? ਹਾਂ। ਓ ਭਾਈ ਓ ਸਹੀ ਆਪਣਾ ਤਾਰਫ ਕਰਾ ਓਏ। ਓ ਸਰਗੋਦੀ ਦੀ ਲੇਲੇ ਸਪਲਾਈ ਕਰਨਾ ਲਿਆ। ਭਾਈ ਕੌਣ ਹੈ ਤੂੰ? ਮੈਂ ਸੇਠ ਮੋਤੀ ਵਾਲਾ, ਮੋਤੀ ਵਾਲਾ। ਸਮਝ ਗਿਆ। ਕਿਸਾਨ ਅੰਦੋਲਨ ਦਾ ਕਮਾਲ। ਇੱਡਾ ਤਾਂ ਵੱਡਾ ਆਲੂ ਬਣਾਤਾ ਜੀ। ਘਰ ਮੈਂ ਤਾਂ ਪਤੀਲੀ ਚ ਪਾਓ, ਸਾਰੇ ਮੱਲੇ ਦੀ ਛੋਰਾ ਪਿਆ। ਹੈ? ਬੜਾ ਸ਼ੋਰੇ ਦਾ ਸ਼ੌਕ ਹੈ। ਕਿਹੜੇ ਇਲਾਕੇ ਤੋਂ ਜੇ? ਨਹੀਂ ਤੇ ਹੈਲਮਟ ਤੋਂ ਪਾਇਆ ਜੀ। ਤੁਸੀਂ ਮੈਨੂੰ ਜਾਣਦੇ ਨਹੀਂ? ਇਹਨੂੰ ਨਹੀਂ ਜਾਣਦੇ ਤੂੰ? ਆਪਣਾ ਤਾਰਫ ਕਰਾਂਗੇ ਤਾਂ ਪਤਾ ਲੱਗੇਗਾ। ਉਹ ਸੇਠ ਮੋਤੀ ਵਾਲਾ। ਕੌਣ ਸੇਠ ਖੋਤੀ ਵਾਲਾ? ਨੋ ਖੋਤੀ ਵਾਲਾ, ਇਸ ਮੋਤੀ ਵਾਲਾ। ਓਏ ਹੁਣ ਤੂੰ ਇਹ ਕੌਣ ਹੈ? ਇਹ ਉਹ ਭਾਈ ਟੈਕਸੀ ਦਾ ਕਿਰਾਇਆ ਦੇ ਕਿਸੇ ਟੈਕਸੀ ਦੇ ਬੱਚੇ। ਉਹ ਬੜਾ ਤੇਰਾ ਸਿਰੇ ਜਿਵੇਂ ਜੰਮੂ ਲਾਣ ਵਾਲਾ ਕੁਝਾ ਹੁੰਦਾ। ਉਹ ਬੜਾ ਤੇਰਾ ਸਿਰੇ ਜਿਵੇਂ ਭਲਵਾਨ ਦਾ ਗੋਡਾ ਹੁੰਦਾ। ਪੂਰੇ ਰਸਤੇ ਚ ਭਾਈਏ ਨੇ ਮੈਨੂੰ ਘਬਾਤਾ। ਮੈਂ ਪਾਗਲ ਹੋ ਗਿਆ ਗੱਲਾਂ ਸੁਣ ਸੁਣ ਕੇ। ਮੈਨੂੰ ਕਹਿੰਦਾ ਰਾਤੀ ਮੈਂ ਜਿੰਨੇ ਚ ਚਲਾ ਕੇ ਖਾ ਵੇਖੀ ਹੈ। ਮੈਂ ਦੂਜੇ ਪਾਸੇ ਮੈਂ ਜਾ ਕੇ ਦੋਸਤ ਚ ਵੇਖਿਆ, ਉੱਥੇ ਨਾਰੇ ਵੱਜ ਰਹੇ ਨੇ, ਨਵਾਜ਼ ਸ਼ਰੀਫ ਆਵੇ ਹੀ ਆਵੇ, ਨਵਾਜ਼ ਸ਼ਰੀਫ ਆਵੇ ਹੀ ਆਵੇ। ਪੂਰੇ ਰਸਤੇ ਚ ਭਾਈਏ ਨੇ ਮੇਰਾ ਦਿਮਾਗ ਖਰਾਬ ਕਰਤਾ। ਉਹ ਮੈਨੂੰ ਕਿਰਾਇਆ ਦੇ, ਮੈਂ ਜਾਵਾਂ। ਦੇ ਦਿੰਦੇ ਕਿਰਾਇਆ? ਕੀ ਅੱਗ ਲੱਗੀ ਹੈ? ਕਿਰਾਇਆ ਕਿਰਾਇਆ ਦੋ ਕਿਰਾਇਆ 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 ਸ਼ਕੀਲ ਕਿਰਾਇਆ। ਤੂੰ ਮੇਰੇ ਕੋ ਕੀ ਕਿਰਾਇਆ? नाजरीन ये हम हैं, ये हमारे ससुर हैं, यहाँ पार्टी हो रही है। अबू जी ये शकील है मेरे दोस्त, और अबू जी वो जमीत मेरे दोस्त। इन्होंने मैं मुलाकात कर ली है। माशाल्लाह बहुत अच्छे बच्चे ने, इन्होंने मेरी बड़ी खिदमत की थी। और को सब लाइक नहीं नहीं पता है जी, जी। बच्चे तो मैं देख लेने। माशाल्लाह बहुत ही प्यारा शकील ते तानो के करेगा जलील ते ये भी बच्चा माशाल्लाह देख रहे है। ये भी बहुत बीबा बच्चा बेटा ने टक्कर चुकन वाला है। बहुत अच्छे बच्चे ने ते मुझे बहुत अच्छे लगे ने। ते रिश्ता तो हो जाएगा, लेकिन पहला अपने वालदन नाल ते मेरी मुलाकात कराओ। Shut up! Shut up? क्यों shut up? हमारे अबू से बदतमीजी की है, अब हम एक मिनट भी इधर नहीं रुकेंगे। अंकल तू शट अप किया? Yes sir। ओ बकवास कर, सब हो जाए, निकल उठो। आ गया। आलू ले भिंडी। आलू मटर पका रहे हैं अंदर। बहुत खुशी हुई मुलाजम ने मुलाकात करके। नौकर 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 ਹੁਣ ਇਹ ਦੱਸੋ ਤੁਹਾਡੀ ਮਾਂ ਤੇ ਤੁਹਾਡਾ ਪਿਓ ਕਿੱਥੇ ਨੇ? ਓਏ ਇੱਥੇ ਹੀ ਇੱਥੇ ਹੀ। ਪਾਪਾ ਅੰਕਲ ਆ ਗਏ ਨੇ। ਵਾ ਥੋੜਾ ਥੋੜਾ ਚਾਂਦ ਦੇ ਕੋਏ।
थोड़ा थोड़ा चांद देखो आए बाकी रह गया वो काट दे वोले वोए वो एक चैन माई सार भूख सूटे गुडिया पटोले वो थोड़ा थोड़ा चांद देखो गया दिल मेरा तक 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 वो तड़के मेरा मेरे परदेसी है मैनु कर तेरा वो नीमा नीमा आवा वक्त है वो लशे डैडी चलो चलो उठो उठ पागला ओए ए कौन पापा कौन है डैडी साडा डैडी ये कौन है मैं के अपनी बंदूका दे के अपने पकाने पड़वान वाला ये कौन है ना बंद गली च पहरा देता है ए कौन है मैंने छोटी जी मकई नु एटा बड़ा फुल्ला बना दता ओए गंदी नसवार खान वाला कौन है तू चलो ओए ओठे तो ओठे चल यार इस पुटा का चल चल दबा जा मैदान तेरू शर ये सिर को कम लै इधर इतने बना दो बरामदा ये बाथरूम सारा गंद गटर दे वच ओए की बकवास बात कर जा तू बैठो बैठो से ये कौन है सारा सारा सॉरी दे आ सारा वाह मेरा भाई पहले बताने न कति दिया मोची या पहलो दा हां मेरा भाई ए आराम को माफी कर दे ना माफी कर दे बे बे ए तुम्हारा अपना घर है बे आवी जाईदा हुंदा बात हो गए आकड़े होए हैं रोटी वो ते रोज ही खाते कोई और चीज दस